ਹਾਂ ਜੀ ਵੀਰ ਜੀ, ਸਾਰੇ ਵੀਰੋ ਸਤਿ ਸ਼੍ਰੀ ਅਕਾਲ ਜੀ। ਵੀਰ ਜੀ, ਅੱਜ ਮਤਲਬ ਕਿ ਇੱਕ ਬਹੁਤ ਹੀ ਇਤਿਹਾਸਿਕ ਗੁਰਦੁਆਰੇ ਵਿੱਚ ਆਏ ਹਾਂ, ਜਿਹਨਾਂ ਕੋਲ ਮਤਲਬ ਕਿ ਬਹੁਤ ਹੀ ਪੁਰਾਣਾ ਨੀਲੀ ਰਾਵੀ ਦਾ ਬੋਲਾ। ਕਈਆਂ ਵੀਰਾਂ ਦੇ ਮੈਸੇਜ ਆਏ ਸੀ ਕਿ ਉਹਨਾਂ ਨੇ ਮਤਲਬ ਕਿ ਨੀਲੀ ਰਾਵੀ ਦਾ ਬੋਲਾ ਬਹੁਤ ਪੁਰਾਣਾ, ਉਹਦੀ ਵੀਡੀਓ ਬਣਾਇਆ ਜੀ। ਚਲੋ ਅੱਜ ਇੱਥੇ ਆਏ ਹਾਂ ਜੀ, ਅਤੇ ਹੁਣ ਇਹਨਾਂ ਨਾਲ ਬਾਈ ਜੀ ਨਾਲ ਗੱਲਬਾਤ ਕਰਾਂਗੇ, ਬਾਬੇ ਜੀ ਨਾਲ ਮਤਲਬ ਕੀ ਰਿਕੋਰਡ ਆ ਜੀ ਇਹਨਾਂ ਦਾ, ਠੀਕ ਹੈ ਜੀ। ਅਤੇ ਕਿਹੜੇ ਟਾਈਮ 'ਤੇ ਮਾਲੀ ਲੈ ਕੇ ਆਉਂਦਾ ਸੀ, ਜਾਂ ਕਿਤੋਂ ਮਤਲਬ ਕਿ ਇਹਨਾਂ ਨੂੰ ਕੋਈ ਦੇ ਕੇ ਗਿਆ ਸੀ, ਉਹ ਸਾਰਾ ਇਹਨਾਂ ਬਾਰੇ ਗੱਲਬਾਤ ਕਰਾਂਗੇ ਜੀ, ਸਾਰਾ ਰਿਕਾਰਡ ਪੁੱਛਾਂਗੇ, ਠੀਕ ਹੈ ਜੀ। ਅਤੇ ਹੁਣ ਇਹਨੇ ਬਾਬਾ ਜੀ ਨੇ ਗੱਲਬਾਤ ਕਰਦੇ, ਠੀਕ ਹੈ ਜੀ, ਆਓ ਗੱਲਬਾਤ ਕਰਦੇ। ਹਾਂਜੀ ਬਾਬਾ ਜੀ, ਸਤਿ ਸ਼੍ਰੀ ਅਕਾਲ ਜੀ। ਬਾਬਾ ਜੀ, ਪਹਿਲਾਂ ਤਾਂ ਇਹ ਦੱਸੋ ਜੀ, ਆਪਣਾ ਮਤਲਬ ਕਿ ਜਿਹੜਾ ਇਹ ਗੁਰਦੁਆਰਾ ਜੀ, ਇਹ ਕਿਹੜੇ ਜ਼ਿਲ੍ਹੇ 'ਚ ਪੈਂਦਾ ਜੀ? ਆਪਣਾ ਗੁਰਦੁਆਰਾ ਨਾਮ ਦੱਸੋ ਜੀ ਪਹਿਲਾਂ ਆਪਣਾ। ਹਾਂਜੀ, ਝਾੜ ਸਾਹਿਬ, ਠੀਕ ਹੈ ਜੀ। ਅਤੇ ਡਿਸਟ੍ਰਿਕਟ ਕਿਹੜਾ ਪੈਂਦਾ ਜੀ ਇੱਥੇ? ਜ਼ਿਲ੍ਹਾ ਕਿਹੜਾ ਪੈਂਦਾ ਜੀ? ਤਰਨ ਤਾਰਨ ਜ਼ਿਲ੍ਹਾ ਪੈਂਦਾ, ਠੀਕ ਹੈ ਜੀ। ਅਤੇ ਜਿਹੜਾ ਪਿੰਡ ਹੈ ਜੀ, ਉਹਦਾ ਨਾਮ ਕੀ ਹੈ ਜੀ? ਹੈ ਜੀ, ਗਗਰ, ਠੀਕ ਹੈ ਜੀ, ਠੀਕ। ਅਤੇ ਬਾਬਾ ਜੀ, ਹੁਣ ਇਹ ਦੱਸੋ, ਪਹਿਲਾਂ ਬਹੁਤ ਬਹੁਤ ਧੰਨਵਾਦ ਤੁਹਾਡਾ, ਜਿਹੜਾ ਤੁਸੀਂ ਸਾਡੇ ਨੇ ਟਾਈਮ ਕੱਢਿਆ, ਠੀਕ ਹੈ ਜੀ, ਕਿ ਮਤਲਬ ਸਾਨੂੰ ਵੀਡੀਓ ਬਣਾਉਣ ਦਾ ਮੌਕਾ ਦਿੱਤਾ। ਅਤੇ ਇਹ ਮਾਲੀ ਦਾ ਕੋਈ ਨਾਮ ਰੱਖਿਆ ਕਿ ਨਹੀਂ ਰੱਖਿਆ ਜੀ ਆਪਾਂ? ਅਜੇ ਭੋਲੇ ਨਾਥ ਆ, ਠੀਕ ਹੈ ਜੀ, ਠੀਕ ਹੈ, ਠੀਕ, ਭੋਲੇ ਨਾਥ ਆ, ਠੀਕ ਹੈ ਜੀ। ਅਤੇ ਬਾਬਾ ਜੀ, ਇਹਦੀ ਇਹ ਉਮਰ ਕਿੰਨੀ ਹੋ ਗਈ ਜੀ ਇਹਦੀ ਮਾਲੀ ਦੀ? 20 ਸਾਲ ਦੀ ਉਮਰ ਹੋ ਗਈ ਹੈ ਇਹਦੀ, ਠੀਕ ਹੈ ਜੀ। ਮਤਲਬ ਸਭ ਤੋਂ ਜਿਹੜਾ ਪੁਰਾਣਾ ਮਾਲੀ ਤੁਹਾਡਾ ਇਹੀ ਹੈ ਜੀ? ਇਹੀ ਹੈ। ਅਤੇ ਇਹਦੇ ਫਿਰ ਬੱਚੇ ਵੀ ਤੁਹਾਡੇ ਕੋਲ ਫਿਰ ਤਾਂ ਬਹੁਤ ਹੋਣੇ ਜੀ ਇਹਦੇ? ਅੱਛਾ, ਸਾਰੀਆਂ ਇਹਨਾਂ ਦੀਆਂ ਹੈ ਜੀ, ਠੀਕ ਹੈ ਜੀ, ਠੀਕ ਹੈ। ਅਤੇ ਜਿਹੜਾ ਇਹ ਤੁਸੀਂ ਮਾਲੀ ਕਿਤੋਂ ਲੈ ਕੇ ਆਉਂਦੇ ਸੀ ਕਿ ਤੁਹਾਨੂੰ ਆਪਣੇ ਦੇਖ ਕੇ ਗਿਆ ਸੀ ਇੱਥੇ? ਕੋਈ ਖੋਲ ਘਰ ਦਾ ਜੀ ਇਹਦੀ? ਅਤੇ ਇਹਦਾ ਫਿਰ ਕੋਈ ਰਿਕਾਰਡ ਵੀ ਪਤਾ ਹੋਊਗਾ ਤੁਹਾਡਾ ਆਉਂਦੇ ਕਿ ਮਾਂ ਪਹਿਲਾਂ ਬੜਾ ਵਾਲੀ ਮਾਲੀ ਪਾਕਿਸਤਾਨ ਦਾ ਮਾਲੀ ਸੀ, ਰਵੇਦਾਰ ਉੱਧਰ ਦੀਆਂ ਦਾ, ਉਹਨਾਂ ਦੇ ਗਾਏ ਬੱਚੇ ਕੇ ਤੇ ਦੂਜਾ ਸੀ ਜਿਹੜਾ। ਅੱਛਾ, ਪਾਕਿਸਤਾਨ ਨੂੰ ਮਤਲਬ ਗਾਂ ਉੱਧਰੋਂ ਆਇਆ ਹੋਣਾ? ਮੱਝਾਂ ਮੁੱਝਾਂ ਦੇ ਆ ਜਾਂਦੇ ਇਹਨੇ ਇੱਧਰ। ਅੱਛਾ ਜੀ, ਅਤੇ ਇਦੋਂ ਪਹਿਲਾਂ ਇੱਕ ਹੋਰ ਵੀ ਮਾਲੀ ਸੀ ਜੀ? ਹੋਏਗਾ ਸੀ, ਉਹ ਮਾਲੀ ਜਿਹੜਾ ਉਹ ਪਾਕਿਸਤਾਨ ਨੂੰ ਆਇਆ ਸੀ ਜਿਹੜਾ, ਠੀਕ ਹੈ, ਗਾਂ ਹੁੰਦਾ ਫਿਰ ਇਹ ਪੋਤਾ ਆ ਜਾਂਦਾ, ਠੀਕ ਹੈ ਜੀ, ਠੀਕ ਹੈ। ਉਹਦੇ ਤਾਰ ਨਹੀਂ ਨਾ ਕਿ ਡੰਗਰਾਂ ਦੇ ਮਾਲੀ ਮੂਲੀ ਉਧਰ ਉਧਰ ਹੀ ਲੰਘ ਜਾਂਦੇ? ਹਾਂਜੀ ਹਾਂ, ਉਹਦੇ ਤਾਰ ਠੀਕ ਹੈ, ਠੀਕ ਹੈ ਨਾ, ਹਾਂ ਉਹ ਲੰਘ ਲੁੰਘ ਜਾਂਦੇ, ਠੀਕ ਹੈ। ਮਤਲਬ ਕਿ ਸਾਰੀ ਬਰੀਡ ਫਿਰ ਤੋਂ ਵੇਖਿਆ ਜਾਵੇ ਉਧਰਲੀ ਤੁਰੀ ਜਾਂਦੀ ਆ, ਠੀਕ ਹੈ ਜੀ। ਅਤੇ ਬਾਬਾ ਜੀ, ਫਿਰ ਇਹਨੂੰ ਮਾੜਾ ਖੋਲੀਏ, ਫਿਰ ਤੋਰੀਏ ਥੋੜ੍ਹਾ ਥੋੜ੍ਹਾ ਜਿਹਾ ਇਹਨੂੰ ਆਪਾਂ। ਅਤੇ ਫਿਰ ਹੁਣ ਇਸ ਟਾਈਮ ਫਿਰ ਇਹ ਮਹੀਆਂ ਮੂਹੀਆਂ ਕ੍ਰੋਸ ਕਰਦਾ ਕਿ ਨਹੀਂ ਜੀ? ਕਰਦਾ ਹੈ ਜੀ, ਠੀਕ ਹੈ ਜੀ, ਠੀਕ। ਅੱਛਾ, ਭੇੜ ਪੇ ਸੀ ਹੈ ਜੀ, ਠੀਕ ਹੈ ਜੀ। ਆਹ ਦੇਖੋ ਵੀਰ ਜੀ, 20 ਸਾਲ ਦੀ ਉਮਰ ਹੋ ਗਈ ਜੀ ਮਾਲੀ ਦਿੰਦੀ, ਅਤੇ ਪਿਓਰ ਨੀਲੀ ਦਾ ਆ ਗਿਆ ਜੀ। ਬਾਕੀ ਵੀਰੋ ਤੁਸੀਂ ਟੈਸਟੀਕਲ ਦੇਖੀ ਆ, ਆਹ ਦੇਖੋ ਟੈਸਟੀਕਲ, ਨਹੀਂ ਉਹ ਵੀ ਬਣਾਵਾਂਗੇ ਜੀ, ਕੋਈ ਨਹੀਂ ਆਪਾਂ, ਠੀਕ। ਇਹ ਟੈਸਟੀਕਲ ਬਹੁਤ ਸਾਫ਼ ਦੇਖੋ ਜੀ, ਬਹੁਤ ਵਧੀਆ ਜੀ। ਮੇਨ ਚੀਜ਼ ਦਾ ਵੇਖਿਆ ਜਾਵੇ ਤਾਂ ਇਹੀ ਆਉਂਦੀ ਜੀ, ਠੀਕ ਹੈ ਜੀ। ਭੋਲੇ ਨਾਥ ਆ ਜੀ ਨਾਮ ਦਾ, ਹੈ ਜੀ। ਬਾਬੇ ਰੱਖਿਆ ਬਾਬਾ ਜਿਹੜਾ ਮਾਰਦਾ ਮੁਰਦਾ ਨਹੀਂ ਹੈ ਜੀ, ਬਿਲਕੁਲ, ਠੀਕ ਹੈ ਜੀ। ਅਤੇ ਬਾਬਾ ਜੀ, ਚਲੋ ਹੁਣ ਇਹਦੇ ਵੇਖ ਲਾ, ਹੁਣ ਇਹਦੇ ਬੱਚੇ ਦਿਖਾਓ ਕਿ ਜਿਹੜਾ ਕੁਝ ਜਿਹੜੇ ਦੁੱਧ ਲਿਆਏ ਹੁਣ। ਹਾਂਜੀ, ਚੱਲ ਪਹਿਲਾਂ ਉਹ ਜਿਹੜੇ ਦੁੱਧ ਲਏ ਉਹ ਵਿਖਾ ਦਿਓ, ਕੱਟੀਆਂ ਵਿਖਾ ਦਿਓ। ਅਤੇ ਬਾਬਾ ਜੀ, ਫਿਰ ਆਹ ਆ ਗਏ ਬੱਚੇ ਆਉਂਦੇ, ਹੈ ਜੀ, ਠੀਕ ਹੈ, ਠੀਕ ਹੈ ਜੀ, ਠੀਕ ਹੈ, ਠੀਕ ਨੇ, ਬਹੁਤ ਸੋਹਣੇ ਬੱਚੇ ਆਏ ਜੀ। ਆਹ ਵੀ ਕੱਟੀ ਹੈ, ਠੀਕ ਹੈ ਜੀ, ਸਾਰਾ ਰਬਾ ਇਹਦਾ ਹੀ ਹੈ ਵਿੱਚ, ਹੈ ਜੀ, ਕਾਲੀਆਂ ਮਈਆਂ ਵੀ ਵਿੱਚ ਸਾਰੇ ਇਹਦੇ ਹੀ ਆ। ਚਲੋ ਕਈਆਂ ਬਾਈ, ਹਾਂ ਦੇਖੋ ਆਹ ਬੱਚਾ ਕਿੱਡਾ ਸੋਹਣਾ ਹੈ ਜੀ, ਨਹੀਂ ਬਹੁਤ ਸੋਹਣਾ ਬੱਚਾ ਹੈ ਜੀ। ਇਹ ਕੱਟੀ ਜੀ, ਕੱਟੇ ਕੋਈ ਬੱਚੇ ਸੇਲ ਵੀ ਕਰਦੇ ਨੇ ਕਿ ਨਹੀਂ ਜੀ? ਸੇਲ ਨਹੀਂ ਕਰਦੇ, ਇੱਥੇ ਹੀ ਰਹਿੰਦੇ ਡੇਰੇ ਦੇ। ਅੱਛਾ, ਨਵਾਂ ਕਰਦੇ ਨੇ ਜਿਹੜੇ ਚੜਾਵੇ ਦੇ ਕੇ ਜਾਂਦੇ, ਠੀਕ ਹੈ ਜੀ, ਠੀਕ। ਅਤੇ ਬਾਬਾ ਜੀ, ਹੁਣ ਇੱਕ ਉਹ ਵੀ ਦਿਖਾਓ ਆਪਣੇ ਜਿਹੜੇ ਬੱਚੇ ਜਿਹੜੇ ਮਈਆਂ ਜਿਹੜੇ ਦੁੱਧ ਲਾਈਆਂ ਹੁਣ, ਜਿਹੜਾ ਉਹਦਾ ਕੀ ਰਿਕਾਰਡ, ਉਹ ਵੀ ਵੇਖੀ ਆਪਾਂ ਅੰਦਰ ਆ ਜੀ ਉਹ। ਚਲੋ ਉਹ ਵੀ ਵੇਖੀਏ ਜੀ, ਠੀਕ ਹੈ। ਇੱਕ ਆਹ ਆ ਗਿਆ ਮਾਲੀ, ਹੈ ਜੀ, ਇਹ ਵੀ ਉਹ ਮਾਲੀ ਜਿਹੜੇ ਅੰਦਰ ਬਣਿਆ ਉਹਦਾ ਬੱਚਾ ਹੀ ਹੈ ਜੀ। ਅਤੇ ਇਹਦੀ ਕਿੰਨੀ ਉਮਰ ਹੋ ਗਈ ਜੀ? 6-7 ਸਾਲ ਦੀ ਹੋ ਗਈ ਹੈ, ਠੀਕ ਹੈ ਜੀ, ਠੀਕ ਹੈ। ਅਤੇ ਇਹ ਵੀ ਆਪਣੇ ਘਰ ਦਾ ਜੰਮ ਪਾਲੀ ਹੈ ਜੀ ਇਹਦਾ? ਅਤੇ ਇਹਦੀ ਮਾਂ ਦਾ ਦੁੱਧ ਕਿੰਨਾ ਕੁ ਸੀ ਜੀ?
ਦੁੱਧ ਫੁੱਲ ਕੇ ਦੱਸ ਕੇ ਨਹੀਂ ਦੱਸੋ ਕੋਈ ਗੱਲ ਜੀ ਕਿਹੜੀ ਗੱਲ ਆ ਦੁੱਧ 10 ਕਿਲੋ ਹੈਗਾ ਦੋ ਟਾਈਮਾਂ ਦਾ 5-6 ਕਿਲੋ ਇੱਕ ਟਾਈਮ ਦਾ ਦੁੱਧ ਸੀ ਠੀਕ ਹੈ ਜੀ ਹਾਂ ਠੀਕ ਹੈ ਤੇ ਬਾਬਾ ਜੀ ਫਿਰ ਇਹਨੂੰ ਵੀ ਮਾੜਾ ਖੋਲੀ ਤੁਰ ਗਈ ਜੀ ਅੱਛਾ ਭਾਜ ਉੱਠਦਾ ਠੀਕ ਠੀਕ ਜਿਹੜਾ ਤੁਹਾਡਾ ਪਹਿਲਾ ਪੁਰਾਣਾ ਮਾਲ ਉਹਦੀ ਫੋਟੋ ਫੋਟੋ ਹੈਗੇ ਕੋਈ ਆਪਣੇ ਕੋਲ ਜੀ ਹਾਂਜੀ ਹਾਂਜੀ ਅੱਛਾ ਜੀ ਦੇਖੋ ਟੈਸਟੀ ਕਹਿੰਦੇ ਬੜੇ ਸੋਹਣੇ ਜੀ ਬਹੁਤ ਸੋਹਣਾ ਮਾਲ ਹੀ ਆ ਗਿਆ ਜੀ ਠੀਕ ਹੈ ਅੱਛਾ ਆਹ ਮਾਲੀ ਦੇ ਕੱਟੀਆਂ ਜੀ ਹੈ ਠੀਕ ਹੈ ਦੇਖੋ ਬਹੁਤ ਸੋਹਣੀ ਕੱਟੀ ਆਈ ਹੈ ਜੀ ਅਤੇ ਨੀਲੀ ਦੀ ਆਈ ਆ ਇੱਕ ਵਾਰ ਘੁਮਾਇਆ ਜੀ ਮਾੜਾ ਜੀ ਠੀਕ ਆਹ ਕਿੰਨੇ ਚਿਰ ਦੀ ਹੋ ਗਈ ਜੀ ਕੱਟੀ ਜੀ ਕਿੰਨੇ ਚਿਰ ਦੀ ਹੋ ਗਈ ਜੀ ਦੋਵਾਂ ਸਾਲ ਦੀ ਹੋ ਗਈ ਠੀਕ ਠੀਕ ਹੈ ਅਤੇ ਉਹ ਆਪਣੇ ਪੁਰਾਣੇ ਮਾਲੀ ਦੀ ਹੈ ਅਤੇ ਇਹਦੀ ਠੀਕ ਹੈ ਜੀ ਅੱਛਾ ਉਹ ਜਿਹੜੇ ਮਰ ਗਿਆ ਹੁੰਦੀ ਆ ਇਹ ਠੀਕ ਹੈ ਜੀ ਉਹ ਥੋੜ੍ਹਾ ਜਿਹਾ ਹੀ ਹੋਇਆ ਮਾਰੇ ਨੂੰ ਹਜੇ ਉਹਨੂੰ ਸਾਲ ਹੀ ਹੋਇਆ ਹੈ ਜੀ ਠੀਕ ਹੈ ਜੀ ਬਹੁਤ ਸੋਹਣੀ ਕੱਟੀ ਆਈ ਹੈ ਜੀ ਅਤੇ ਸਾਰੇ ਮਾਰੇ ਬੱਚੇ ਜਿੰਨੇ ਵੀ ਹੈਗੇ ਸਾਰੇ ਆਉਂਦੇ ਹੀ ਹੈ ਜੀ ਉਹਨਾਂ ਦੇ ਆਹ ਵੀ ਕੱਟੀਆਂ ਉਹਨਾਂ ਦੀਆਂ ਆਈ ਨੇ ਨਹੀਂ ਬਹੁਤ ਸੋਹਣੇ ਆ ਗਏ ਜੀ ਬਾਕੀ ਉਹ ਕੱਟੀ ਕੱਟੀ ਸੋਹਣੀ ਆ ਗਈ ਅਤੇ ਇੱਕ ਸਾਨੂੰ ਉਹ ਵੀ ਚੀਜ਼ ਦੱਸੋ ਜੀ ਬਾਬਾ ਜੀ ਦੇਖੋ ਸਾਰੇ ਬੱਚੇ ਦੇਖੋ ਬਹੁਤ ਸੋਹਣੇ ਬੱਚੇ ਆਏ ਆ ਸਾਰੇ ਤੁਹਾਨੂੰ ਦੇਖੀ ਜਾਂਦੇ ਬਾਕੀ ਇੰਨੇ ਕੁ ਪੁਰਾਣੇ ਬੋਲ ਸੀ ਜਿਹੜੇ ਮਰ ਚੁੱਕਾ ਅਤੇ ਉਹਦੇ ਵੀ ਬੱਚੇ ਹੈ ਜੀ ਇਹ ਠੀਕ ਹੈ ਆਹ ਝੋਟੀ ਹੁੰਦੀ ਹੈ ਜੀ ਠੀਕ ਹੈ ਜੀ ਅਤੇ ਬਾਬਾ ਜੀ ਇੱਕ ਹੁਣ ਉਹ ਵੀ ਦਿਖਾਓ ਸਾਨੂੰ ਜਿਹੜਾ ਮਤਲਬ ਕਿ ਉਹ ਝੋਟੀ ਦਾ ਕੋਈ ਜਿਹੜੀ ਪਹਿਲਾਂ ਸੂਈ ਹੋਵੇ ਹਾਂਜੀ ਉਹ ਆਪਣੇ ਸਮਾਨ ਜੀ ਹਾਂ ਉਹ ਵੀ ਦਿਖਾਓ ਜੀ ਅੱਛਾ ਆਹ ਉਹ ਮਾਲੀ ਦੀ ਝੋਟੀ ਹੈ ਜੀ ਪਹਿਲਾਂ ਝੋਟੀ ਹੈ ਠੀਕ ਹੈ ਨਹੀਂ ਬਹੁਤ ਸੋਹਣੀ ਹੈ ਝੋਟੀ ਜੀ ਦੇਖੋ ਥਾਨ ਥੁਣ ਕਿੰਨਾ ਵੇਰ 'ਤੇ ਹੈ ਜੀ ਅਤੇ ਬਾਬਾ ਜੀ ਇੱਕ ਮਤਲਬ ਕਿ ਹੈ ਜੀ ਅੱਛਾ ਪਹਿਲੇ ਮਾਲੀ ਦੀ ਪਾਕਿਸਤਾਨ ਮਾਲੀ ਉਹਦੀ ਧੀ ਆ ਅਤੇ ਇਹ ਕਿੰਨਾ ਕੁ ਦੁੱਧ ਤਾਂ ਕੱਢੀ ਜਾਂਦੀ ਜੀ 18-19 ਸਾਲ ਦੀ ਉਮਰ ਹੋ ਗਈ ਆ ਵਾਹ ਜੀ ਵਾਹ ਠੀਕ ਹੈ ਜੀ ਠੀਕ ਹੈ ਮਤਲਬ ਅੱਧਾ ਟੱਬਰ ਰਹਿੰਦਾ ਹੀ ਹੋਣਾ ਵੇਖ ਕੇ ਠੀਕ ਠੀਕ ਅਤੇ ਵੀਰ ਜੀ ਹੈ ਜੀ ਇਹ ਬਦੋ ਬਦੀ ਲਵਾਈ ਅਸੀਂ ਲਵਾਉਂਦੇ ਨਹੀਂ ਬੱਚਾ ਫਿਰ ਦੇਤਾ ਇਹਨੇ ਨਿੱਕਾ ਅੱਛਾ ਜੀ ਠੀਕ ਹੈ ਅਤੇ ਕਿੰਨਾ ਦੁੱਧ ਚੋਈ ਕੀਤੀ ਕਰਦੇ ਜਾਂਦੇ ਫਿਰ ਦੁੱਧ ਕਿੰਨਾ ਕੱਢਦੇ ਜਾਂਦਾ 5 ਲੀਟਰ ਇੱਕ ਟਾਈਮ ਦਾ ਕਰਦੇ ਬਿਲਕੁਲ ਸਹੀ ਗੱਲ ਹੈ ਜੀ ਸੱਚੀ ਗੱਲ ਹੈ ਕੋਈ ਅੱਛਾ ਆਹ ਕੱਟੀ ਆਈ ਹੈ ਅਤੇ ਆਹ ਕੱਟੀ ਫਿਰ ਕਿਹੜੇ ਮਾਲੀ ਦੀ ਜੀ ਅੱਛਾ ਉਹ ਹੁੰਦੀ ਆ ਠੀਕ ਹੈ ਠੀਕ ਹੈ ਇਹ ਤਾਂ ਬੜੀ ਵਿਚਾਰੇ ਬਾਬੇ ਦਾ ਰਹਿੰਦਾ ਅੱਛਾ ਜੀ ਹਾਂ ਦੱਸੀ ਜਾਂਦੇ ਕਹਿੰਦੇ 18-19 ਸਾਲ ਦੀ ਉਮਰ ਹੋ ਗਈ ਆ ਬਿਲਕੁਲ ਜੀ ਬਿਲਕੁਲ ਅੱਛਾ ਜੀ 20 ਉਹ ਹੀ ਸੂਈ ਠੀਕ ਠੀਕ ਹੈ ਜੀ ਅੱਛਾ ਠੀਕ ਠੀਕ ਅੱਛਾ ਜੀ ਅੱਛਾ ਠੀਕ ਠੀਕ ਹਾਂ ਜੀ ਹਾਂ ਠੀਕ ਹੈ ਇਹ ਇਸ ਟਾਈਮ ਕੱਢਣਾ ਹੈ ਬਾਬਾ ਜੀ ਠੀਕ ਹੈ ਅਤੇ ਬਾਬਾ ਜੀ ਫਿਰ ਕਿੰਨਾ ਦੁੱਧ ਕੱਢੂਗੀ ਸੀ ਤੁਹਾਡੇ ਸਾਹਮਣੇ ਫਿਰ ਪਹਿਲਾਂ 12 ਕਿਲੋ ਦੇ ਦੂਗੇ ਠੀਕ ਅਤੇ ਬਾਬਾ ਜੀ ਇਹਨੂੰ ਮਾੜਾ ਤੋਰ ਸਕਦੇ ਜੀ ਆਪਾਂ ਹਾਂ ਤੋਰਾ ਜੇ ਮਾੜਾ ਜੀ ਦੇਖੋ ਸਾਰੇ ਮੇਰੇ ਖਾਈਏ ਵੇਖੋ ਵਾਕਈ ਬਰੀਡ ਹੈ ਤੁਹਾਡੇ ਕੋਲ ਠੀਕ ਹੈ ਜੀ ਇੰਨੇ ਇੰਨੇ ਟਾਈਮ ਦੀਆਂ ਮਹੀਆਂ ਹੋ ਗਈਆਂ ਹਾਂਜੀ ਹਾਂ ਨਹੀਂ ਠੀਕ ਹੈ ਦਿਖੀ ਜਾਂਦਾ ਜੀ ਪਹਿਲਾਂ ਝੋਟੀ ਹੈ ਜੀ ਦੇਖੋ ਥਾਣ ਕਿੱਡਾ ਵੇਰ 'ਤੇ ਲੱਗਾ ਅਤੇ ਝੋਟੀ ਦਾ ਕੱਦ ਘੱਟ ਕਿੱਡਾ ਲਿਆਓ ਜੀ ਲਿਆਓ ਲਿਆਓ ਹਾਂਜੀ ਬੰਦ ਹੋ ਜੀ ਬੰਦ ਠੀਕ ਹੈ ਜੀ ਬਾਬਾ ਜੀ ਹੋਰ ਦਿਖਾਓ ਜੀ ਪੁਰਾਣੀਆਂ ਮਹੀਆਂ ਤੁਹਾਡੀਆਂ ਜਿਹੜੀਆਂ ਜਿਹੜੀਆਂ ਚੰਗੇ ਦੁੱਧ ਵਾਲੀਆਂ ਨੀਲੀ ਦੀਆਂ ਅੱਛਾ ਇੱਕ ਆਹ ਪੁਰਾਣੀ ਮੱਝ ਹੈ ਜੀ ਇਹਦੀ ਕਿੰਨੀ ਉਮਰ ਹੋ ਗਈ ਬਾਬਾ ਜੀ ਬਾਬਾ ਜੀ ਦੀ ਉਮਰ ਕਿੰਨੀ ਹੋ ਗਈ
ठीक है जी। अच्छा तीजे सूए ठीक है जी। ये भी अपना वही माली दी है जी जरा अंदर बनया ठीक ठीक है ले जो ले कमा लो बाबा जी कमा लो बिल्कुल जी बिल्कुल दूध जीत के वांट पा के ते जड़ी आ नीली दी मझ है जी इन सर दूध किन्ना जी ए बाबा जी साडे कोला ई किड़ा वे जी। अच्छा चढ़ा को दे के गया ठीक है ठीक है गप मनोकामना पूरी कीती है। अच्छा जी चढ़ावे चढ़ाया क्या अच्छा दो चढ़ावे चढ़ाया क्या नहीं नहीं बहुत बढ़िया जी बहुत बढ़िया बहुत सोहनी मैया जी। अच्छा जी ये भी चढ़ावे चढ़ा के है जी ठीक है अच्छा ठीक है जी अच्छा इन दी है ठीक ठीक है जी ठीक है ठीक है लिया ही लिया ये गब्बन है जी इस टाइम हाँ जी गब्बन है ये गब्बन सोन वाली है। अच्छा जी हाँ जी ਤੇ ਕੀ ਇਹਦਾ ਦੁੱਧ ਕਿੰਨਾ ਕੱਢ ਦਿੰਦੇ ਜੀ ਇਹ ਬਾਰਾਂ ਤੇਰਾਂ ਲੀਟਰ ਹੈਗਾ ਜੀ ਹਾਂਜੀ ਚਲੋ ਲਿਆ ਬਾਬੇ ਬੰਦ ਹੋ ਜੀ ਉੱਥੇ ਚਲੋ ਬਾਬਾ ਜੀ ਫਿਰ ਇੱਕ ਵਾਰ ਤੁਸੀਂ ਨੰਬਰ ਬੋਲ ਦਿਓ ਚਲੋ ਕਈ ਵਾਰ ਆਇਆ ਹੁੰਦਾ ਵਾ ਜੇ ਕਿਸੇ ਵੀਰ ਨੇ ਮੱਝ ਲਵਾਉਣੀ ਹੋਈ ਤੇ ਚਲੋ ਤੁਸੀਂ ਉਹਨਾਂ ਨਾਲ ਮਤਲਬ ਕਿ ਛੱਡ ਦਿਆ ਜੀ ਠੀਕ ਹੈ ਜੀ ਤੇ ਨੰਬਰ ਬੋਲ ਦਿਓ ਬਾਬਾ ਜੀ 9467404471 ਇੱਕ ਵਾਰੀ ਫਿਰ ਬੋਲ ਦਿਓ ਜੀ 9467404471 ਠੀਕ ਹੈ ਜੀ ਤੇ ਬਾਬਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇੰਨਾ ਤੁਸੀਂ ਟਾਈਮ ਕੱਢਿਆ ਸਾਡੇ ਲਈ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ।